ਦੋਸਤੋ ਸਾਰਿਆਂ ਨੂੰ ਜੀ ਆਇਆਂ ਨੂੰ ਸੁਖਜੀਵਨ ਸਿਫਰੋ ਵਿਖੇ ਠੇਠ ਪੰਜਾਬੀ ਪਹਿਰਾਵਾ ਜਿਹੜਾ ਆ ਉਹ ਬਰਕਰਾਰ ਰੱਖਿਆ ਹਾਲੇ ਤੱਕ ਜੀ ਆਂਦੀ। ਠੀਕ ਹੈ ਜੀ, ਇਹ ਚੁੱਲ੍ਹਿਆਂ ਤੇ ਬਣਾਉਂਦੇ ਆਪਾਂ। ਅੱਛਾ ਜੀ, ਸਾਰਾ ਅੱਜ ਖਾਣਾ ਜਿਹੜਾ ਚੁੱਲ੍ਹੇ ਤੇ ਬਣਦਾ ਚੁੱਲ੍ਹਿਆਂ ਤੇ ਬਣਦਾ ਜੀ। ਆਹ ਦੇਖੋ ਜੀ ਕੜੀ ਆ, ਕਿਆ ਬਾਤ ਹੈ, ਕਿਆ ਰਿਚ ਕੜੀ ਹੈ ਜੀ। ਚੁੱਲ੍ਹਿਆਂ ਦਾ ਮਾਲ ਸਾਰਾ ਦੇਸੀ। ਠੀਕ ਹੈ ਬਾਬਾ ਜੀ, ਕੈਨੇਡਾ ਗਏ ਸੀਗੇ। ਠੀਕ ਹੈ ਜੀ, ਘੁੰਮ ਕੇ ਆਏ ਕੈਨੇਡਾ। ਠੀਕ ਹੈ ਜੀ, ਤੇ ਬਾਅਦ ਚ ਆ ਕੇ ਆ ਸ਼ੁਰੂ ਕਰ ਲਿਆ। ਬਾਅਦ ਚ ਆ ਕੇ ਸ਼ੁਰੂ ਕੀਤਾ। ਮੈਂ ਨਾ ਜੀ ਲੋਕ ਫੋਨ ਕਰਦੇ ਵੀ ਆ ਗਏ ਕਿ ਨਹੀਂ ਆਏ ਹਜੇ। ਸਹੀ ਹੈ ਸਹੀ ਹੈ, ਤੇ ਜਲਦੀ ਜਲਦੀ ਆਈਏ, ਸਾਨੂੰ ਭੁੱਖ ਬਹੁਤ ਲੱਗੀ ਆ। ਕਿਆ ਬਾਤ ਹੈ, ਅਸੀਂ ਇੱਕ ਵਾਰੀ ਆਏ ਬਾਬਾ ਜੀ ਕੋਲੇ, ਉਦਣ ਦੇ ਫੈਨ ਆ ਬਾਬਾ ਜੀ ਦੇ। ਠੀਕ ਹੈ ਜੀ, ਉਹਦੇ ਨਾਲ ਪਹਿਰਾਵਾ ਉਦਣ ਵੀ ਐਕੋਰਡ ਦਾ ਚਾਦਰਾ ਲਾਇਆ ਸੀ, ਮੈਂ ਕਹਿੰਦਾ ਕਿਆ ਗਿਆ ਨੇ ਗੱਲਾਂ। ਠੀਕ ਹੈ ਜੀ, ਭੋਜਨ ਵੀ ਪੂਰਾ ਵਧੀਆ, ਇੱਕ ਨੰਬਰ ਆ, ਪਿਓਰਟੀ ਵਾਲਾ ਪੂਰਾ ਜੀ। ਕਿਆ ਬਾਤ ਹੈ ਭਾਜੀ, ਅੰਕਲ ਦਾ ਟੇਸਟ ਸਾਹਮਣਾ ਵੱਖਰਾ ਦੇਖਤਾ, ਇੱਕ ਨੰਬਰ ਚੀਜ਼ ਆ, ਲੱਸੀ ਆ, ਚਾਟੀ ਦੀ ਲੱਸੀ ਆ। ਇੱਕ ਵਾਰ ਆ ਗਏ ਤੁਸੀਂ ਬਾਰ ਬਾਰ ਆਓਗੇ। ਦੇਸੀ ਸਟਾਈਲ ਦਾ ਬਣਾਉਂਦੇ ਆ ਅੰਕਲ ਜੀ, ਦੇਸੀ ਸਟਾਈਲ ਦਾ ਬਣਾਉਂਦੇ ਆ। ਬਿਲਕੁਲ ਬਿਲਕੁਲ ਜੀ, ਕੀ ਬਾਤ ਹੈ। ਦੇਖੋ ਜੀ ਖਾਣਾ ਵੀ ਠੇਠ ਪੰਜਾਬੀ ਆ, ਪਹਿਰਾਵਾ ਤੇ ਸਾਰਾ ਸੈਟਅਪ ਵੀ ਠੇਠ ਪੰਜਾਬੀ ਰੱਖਿਆ, ਜਿਹਦੇ ਲਈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ। ਵੱਧ ਤੋਂ ਵੱਧ ਘਰਾਂ ਦੇ ਮੂਹਰੇ ਵੀ ਆਪਦੇ ਦੋ ਦੋ ਤਿੰਨ ਤਿੰਨ ਦਰਖਤ ਲਾਵੇ ਅਗਲਾ। ਜੀ ਜੀ ਜੀ, ਸ਼ਾਮ ਵਧੇ ਹੈ ਨਾ। ਅੱਜ ਆਪਾਂ ਹੈਗੇ ਆ ਜੀ ਲੁਧਿਆਣੇ, ਤੇ ਲੁਧਿਆਣੇ ਇੱਕ ਖਾਸ ਜਗ੍ਹਾ ਤੇ ਆ ਜਿੱਥੇ ਆਪਾਂ ਨੂੰ ਬਾਬਾ ਜੀ ਐਨ ਠੇਠ ਪੰਜਾਬੀ ਪਹਿਰਾਵੇ ਚ ਜੀ, ਕੁੜਤੇ ਚਾਦਰੇ ਦੇ ਵਿੱਚ ਜਿੱਥੇ ਆਪਾਂ ਨੂੰ ਠੇਠ ਪੰਜਾਬੀ ਖਾਣਾ ਖਵਾਉਂਦੇ ਨੇ ਤੇ ਆਪਾਂ ਮਿਲਾਉਂਦੇ ਹਾਂ ਜੀ, ਤੇ ਬਹੁਤ ਵਧੀਆ ਦੇਸੀ ਤਰੀਕੇ ਨਾਲ ਖਾਣਾ ਬਣਾਉਂਦੇ ਨੇ, ਸ਼ੁੱਧ ਖਾਣਾ ਬਣਾਉਂਦੇ ਨੇ, ਤੇ ਆਪਾਂ ਮਿਲਾਉਂਦੇ ਹਾਂ ਜੀ। ਕਿਵੇਂ ਇੱਦਾਂ ਇਹਨਾਂ ਦੇ ਕੋਲ ਆਈਡੀਆ ਆਇਆ ਕਿ ਇੱਕ ਠੇਠ ਪੰਜਾਬੀ ਪਹਿਰਾਵਾ, ਕੁੜਤਾ ਚਾਦਰਾ, ਔਰ ਇੱਥੇ ਸਾਰਾ ਸੈਟਅਪ ਦੇਖੋ, ਮੰਜੇ ਦਾ ਸਾਰਾ ਸੈਟਅਪ ਇਹ ਜਿਹੜਾ ਪੰਜਾਬੀ ਰੱਖਿਆ ਹੋਇਆ, ਤੇ ਆਪਾਂ ਗੱਲਬਾਤ ਕਰਦੇ ਹਾਂ ਜੀ। ਹਾਂਜੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਬਾਬਾ ਜੀ, ਤੇ ਤੁਸੀਂ ਕਿੰਨੀ ਦੇਰ ਤੋਂ ਸ਼ੁਰੂ ਕੀਤਾ ਜੀ ਕੰਮ ਇੱਥੇ ਜੀ? ਆਪਾਂ ਨੂੰ 5ਵਾਂ ਸਾਲ ਹੋ ਗਿਆ ਜੀ। ਇਹ 5ਵਾਂ ਸਾਲ ਹੋ ਗਿਆ ਜੀ? ਹਾਂਜੀ। ਠੀਕ ਹੈ ਜੀ, ਠੀਕ ਹੈ ਬਾਬਾ ਜੀ। ਇੱਕ ਤਾਂ ਅਸੀਂ ਮਤਲਬ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜੀ, ਕਿ ਤੁਸੀਂ ਇੱਕ ਬਿਲਕੁਲ ਪੂਰਾ ਜਿਹੜਾ ਹੈਗਾ ਦੇਖੋ ਜੀ ਠੇਠ ਪੰਜਾਬੀ ਪਹਿਰਾਵਾ ਜਿਹੜਾ ਆ ਉਹ ਬਰਕਰਾਰ ਰੱਖਿਆ ਹਾਲੇ ਤੱਕ ਜੀ ਜੀ। ਚਾਦਰੇ ਕੁੜਤੇ ਜੀ ਖਵਾਉਂਦੇ ਹੋ ਸਾਰਿਆਂ ਨੂੰ ਖਾਣਾ ਜੀ? ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਠੀਕ ਹੈ ਬਾਤ ਹੈ ਬਾਬਾ ਜੀ। ਤੇ ਆਪਣੇ ਕੋਲ ਕੀ ਹੁੰਦਾ ਜੀ ਇੱਥੇ? ਆਪਣੇ ਕੋਲ ਕੜੀ ਚੌਲ ਤੇ ਰਾਜਮਾ ਚੌਲ ਤੇ ਚਾਟੀ ਦੀ ਲੱਸੀ। ਠੀਕ ਹੈ ਜੀ, ਠੀਕ ਹੈ। ਕੜੀ ਚਾਵਲ, ਰਾਜਮਾ ਚਾਵਲ, ਚਾਟੀ ਦੀ ਲੱਸੀ। ਹਾਂਜੀ। ਸਿਆਲਾਂ ਚ ਹੁੰਦਾ ਆਪਣੇ ਕੋਲ ਸਰੋਂ ਦਾ ਸਾਗ। ਠੀਕ ਹੈ ਜੀ, ਤੇ ਨਾਲ ਰੋਟੀ, ਮੱਕੀ ਦੀ ਰੋਟੀ। ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਦੋਸਤੋ ਸਰਦੀਆਂ ਚ ਹੁੰਦਾ, ਸਿਆਲਾਂ ਦੇ ਵਿੱਚ ਹੁੰਦਾ ਆ, ਤੇ ਸਾਰਿਆਂ ਨੇ ਦੱਸਿਆ ਸੀ ਵੀ ਸਾਗ ਦੀ ਜਿਹੜੀ ਹੈ ਕੁਆਲਿਟੀ ਉਹ ਤਾਂ ਬਹੁਤ ਜ਼ਬਰਦਸਤ ਹੈ। ਬਾਬਾ ਜੀ ਮਾੜਾ ਖਾਣਾ ਦਿਖਾਓਗੇ ਸਾਨੂੰ ਜੀ? ਹਾਂਜੀ ਹਾਂਜੀ। ਤੇ ਕਿਆ ਬਾਤ ਹੈ, ਦੇਖੋ ਜੀ ਆਹ ਦੇਖੋ ਜੀ, ਬਿਲਕੁਲ ਪੰਜਾਬੀ ਘਰਾਂ 'ਚ ਬਣਦਾ ਜਿਹੜਾ ਨਾ ਇਹ ਸਾਰੇ ਚਾਵਲ, ਤੇ ਇਵੇਂ ਹੁੰਦਾ ਜੀ ਸਾਰਾ ਜੀ, ਹਰ ਰੋਜ਼ ਇੱਦਾਂ ਬਣਦਾ। ਹਾਂਜੀ ਹਾਂਜੀ, ਠੀਕ ਹੈ ਜੀ। ਇਹ ਬਾਸਮਤੀ ਹੋਣਗੇ ਬਾਬਾ ਜੀ? ਹਾਂਜੀ ਹਾਂਜੀ, ਬਾਸਮਤੀ। ਠੀਕ ਹੈ ਜੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਚੁੱਲ੍ਹਿਆਂ ਤੇ ਬਣਾਉਂਦੇ ਆਪਾਂ। ਅੱਛਾ ਜੀ, ਸਾਰਾ ਅੱਜ ਖਾਣਾ ਜਿਹੜਾ ਚੁੱਲ੍ਹੇ ਤੇ ਬਣਦਾ? ਚੁੱਲ੍ਹਿਆਂ ਤੇ ਬਣਦਾ, ਚੁੱਲ੍ਹਿਆਂ ਤੇ। ਦੋਸਤੋ ਇਹੀ ਕਾਰਨ ਕਿ ਠੇਠ ਪੰਜਾਬੀ ਖਾਣਾ ਆ ਜੀ। ਆਹ ਦੇਖੋ ਜੀ ਕੜੀ ਜੀ ਆ, ਕਿਆ ਬਾਤ ਹੈ, ਕਿਆ ਰਿਚ ਕੜੀ ਹੈ ਜੀ। ਕੜੀ ਪੱਤਾ, ਔਰ ਪਕੌੜੇ ਕਾਹਦੇ ਹੋਣਗੇ ਬਾਬਾ ਜੀ? ਹਾਂਜੀ, ਪਕੌੜੇ ਬਣਾਉਣੇ, ਬੇਸਣ ਦੇ ਆਪ ਬਣਾਉਣੇ। ਬੇਸਣ ਦੇ ਆਪ ਬਣਾਉਣੇ ਔਰ ਚੁੱਲ੍ਹੇ ਉੱਤੇ ਬਣਦਾ ਖਾਣਾ ਜੀ? ਹਾਂਜੀ ਹਾਂਜੀ, ਚੁੱਲ੍ਹਿਆਂ ਦਾ ਮਾਲ ਸਾਰਾ ਦੇਸੀ। ਠੀਕ ਹੈ ਬਾਬਾ ਜੀ, ਠੀਕ ਠੀਕ ਹੈ ਜੀ, ਦੇਸੀ ਮਾਲ ਸਾਰਾ। ਠੀਕ ਹੈ ਜੀ, ਆਹ ਵੇਖੋ ਰਾਜਮਾ, ਤੇ ਇਹ ਰਾਜਮਾ ਬਾਬਾ ਜੀ, ਰਾਜਮਾ ਜਿਹੜੇ ਚਿੱਤਰਾ ਹੋਣਗੇ ਜੀ ਇਹ? ਹਾਂਜੀ ਹਾਂਜੀ, ਠੀਕ ਹੈ ਜੀ, ਠੀਕ ਹੈ ਬਾਬਾ ਜੀ। ਦੇਖੋ ਜੀ ਲਗਾਤਾਰ ਪਲੇਟਾਂ ਤਿਆਰ ਹੋਈ ਜਾਂਦੀਆਂ। ਤੇ ਬਾਬਾ ਜੀ ਦੱਸਿਓ ਵੀ ਇਹ ਕੰਮ ਜਿੱਦਾਂ ਤੁਸੀਂ 5 ਸਾਲ ਹੋ ਗਏ ਸ਼ੁਰੂ ਕੀਤੇ? ਹਾਂਜੀ ਹਾਂਜੀ ਹਾਂਜੀ। ਤੇ ਇੱਕ ਤਾਂ ਤੁਹਾਡੇ ਕੁੜਤੇ ਚਾਦਰੇ ਦੇ ਸਾਰੇ ਫੈਨ ਹੈ ਔਰ ਖਾਣੇ ਦੇ ਫੈਨ ਤਾਂ ਹੈਗੇ ਜੀ। ਦੱਸਿਓ ਆਪਣੀ ਜਰਨੀ ਕਿਵੇਂ ਸ਼ੁਰੂ ਕੀਤੀ ਜੀ, ਕਿੱਦਾਂ ਇਸ ਕੰਮ ਤੱਕ ਆਏ? ਜੀ ਪਰਮਾਤਮਾ ਆਪੇ ਕਰਾਉਂਦਾ ਮਹਾਰਾਜ। ਜੀ ਜੀ ਜੀ, ਤੇ ਮਿਹਨਤ ਤਾਂ ਚਲੋ ਬੰਦੇ ਨੂੰ ਕਰਨੀ ਪੈਂਦੀ ਆ। ਹਾਂਜੀ, ਕਈ ਕੰਮ ਕੀਤੇ, ਪਹਿਲਾਂ ਟਰੱਕ ਟਰੁੱਕ ਚਲਾਏ ਆ, ਬੱਸਾਂ ਚਲਾਈਆਂ। ਅੱਛਾ, ਪਹਿਲਾਂ ਬੱਸ ਤੇ ਟਰੱਕ ਵੀ ਚਲਾਏ? ਹਾਂਜੀ ਹਾਂਜੀ, ਬੱਸ ਵੀ ਚਲਾਈ ਪਹਿਲਾਂ। ਤੇ ਟਰੱਕ ਆਪਣੇ ਸੀਗੇ ਜੀ? ਹਾਂਜੀ, ਟਰੱਕ ਆਪਣੇ ਸੀ। ਠੀਕ ਹੈ ਜੀ, ਕਿੱਦਨ ਉਹਨੂੰ ਲੰਬੇ ਰੂਟ ਤੇ ਚੱਲਦੇ ਸੀ? ਹਾਂਜੀ ਹਾਂਜੀ, ਗੁਹਾਟੀ ਬੰਬਾ। ਅੱਛਾ ਜੀ, ਕੀ ਬਾਤ ਹੈ ਦੋਸਤੋ। ਦੇਖੋ ਜੀ
ਬਹੁਤ ਮਿਹਨਤ ਕੀਤੀ ਆ ਔਰ ਇਹ ਸਾਰਾ ਜਿਹੜਾ ਸੈਟਅਪ ਕਾਮਯਾਬ ਸੈਟਅਪ ਇਹਦੇ ਪਿੱਛੇ ਮਿਹਨਤ ਦਾ ਜਿਹੜਾ ਹੈਗਾ ਸਾਰਾ ਇੱਕ ਸਟੋਰੀ ਹੈਗੀ ਆ। ਤੇ ਬਾਬਾ ਜੀ ਕਿੰਨਾ ਚਿਰ ਚਲਾਇਆ ਟਰੱਕ ਫਿਰ? ਕਾਫੀ ਦੇਰ ਸਨ 80 ਤੋਂ ਚਲਾ ਰਹੇ ਸੀਗੇ। 80 ਤੋਂ ਚਲਾ ਰਹੇ ਸੀਗੇ? ਅੱਛਾ ਜੀ, ਠੀਕ ਹੈ ਜੀ, ਠੀਕ ਹੈ। ਤੇ ਹਾਂਜੀ ਸਨ 80 ਤੋਂ ਟਰੱਕ ਚਲਾਏ, ਫਿਰ ਸਨ 2000 ਚ ਬੱਸ ਬੁਸ ਚਲਾਉਣ ਲੱਗ ਪਏ ਸੀ ਇੱਥੇ। ਠੀਕ ਹੈ ਜੀ। ਹਾਂ ਫਿਰ ਕਈ ਕੰਮ ਕੀਤੇ, ਫਿਰ ਘੁੰਮਦੇ ਘੁੰਮਦੇ ਰਹੇ ਆ ਫਿਰ। ਅੱਛਾ ਜੀ, ਠੀਕ ਹੈ ਜੀ। ਪਰਮਾਤਮਾ ਨੇ ਆ ਚਲਾਤਾ ਕੰਮ, ਇਹ ਕੰਮ ਚਲਾ ਲਿਆ। ਔਰ ਇੱਥੇ ਤਾਂ ਅਸੀਂ ਤੁਹਾਡੇ ਧੰਨਵਾਦੀ ਆ ਕਿ ਤੁਸੀਂ ਬਿਲਕੁਲ ਸ਼ੁੱਧ ਖਾਣਾ ਵੀ ਖਵਾ ਰਹੇ ਹੋ ਸਾਨੂੰ, ਸੁਨੇਹਾ ਜਿਹੜਾ ਪੰਜਾਬੀਅਤ ਨਾਲ ਜੁੜਨ ਦਾ ਦੇ ਰਹੇ ਹੋ ਬਹੁਤ ਹੀ ਵਧੀਆ। ਤੇ ਤੁਸੀਂ ਟੂਰ ਵੀ ਸਾਰਾ ਵਰਲਡ ਟੂਰ ਵੀ ਕੀਤਾ ਹੈ ਨਾ ਜੀ? ਹਾਂਜੀ ਹਾਂਜੀ। ਕਿੱਥੇ ਕਿੱਥੇ ਗਏ ਆ ਜੀ? ਕੈਨੇਡਾ ਗਏ ਸੀਗੇ। ਠੀਕ ਹੈ ਜੀ। ਘੁੰਮ ਕੇ ਆਏ ਕੈਨੇਡਾ। ਠੀਕ ਹੈ ਜੀ। ਤੇ ਬਾਅਦ ਚ ਆ ਕੇ ਆ ਸ਼ੁਰੂ ਕਰ ਲਿਆ, ਬਾਅਦ ਚ ਆ ਕੇ ਸ਼ੁਰੂ ਕੀਤਾ। ਦੇਖੋ ਜੀ ਵਿਦੇਸ਼ ਵੀ ਘੁੰਮ ਕੇ ਆਏ ਆ ਬਾਬਾ ਜੀ, ਔਰ ਸਾਰੀ ਜਗ੍ਹਾ ਸਾਰਾ ਕੁਝ ਦੇਖਣ ਤੋਂ ਬਾਅਦ ਫਿਰ ਆਪਾਂ ਕਿਹਾ ਵੀ ਚੁੱਲ੍ਹਿਆਂ ਵਾਲਾ ਬਣਾਈਏ ਆਪਾਂ, ਜਦੋਂ ਹੈ ਹੀ ਪੰਜਾਬੀ ਤੇ ਪੰਜਾਬੀ ਖਾਣਾ ਹੀ ਬਣਾਵਾਂਗੇ ਆਪਾਂ। ਦੋਸਤੋ ਦੇਖੋ ਜੀ, ਜੇ ਆਪਾਂ ਪਿਓਰ ਸ਼ੁੱਧ ਖਾਣਾ ਖਾਣਾ ਚਾਹੁੰਦੇ ਆ ਤੇ ਇੱਥੇ ਆ ਕੇ ਸਾਡੀ ਭਾਲ ਖਤਮ ਹੋ ਜਾਂਦੀ ਆ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਠੀਕ ਹੈ ਠੀਕ ਹੈ, ਲਓ ਲਓ ਜੀ, ਠੀਕ ਹੈ ਓਕੇ। ਤੇ ਦੇਖੋ ਜੀ ਆਰਡਰ ਵੀ ਲਗਾਤਾਰ ਫੋਨ ਤੇ ਆਈ ਜਾਂਦੇ ਬਾਬਾ ਜੀ, ਲਗਾਤਾਰ ਫੋਨ ਤੇ ਆਰਡਰ ਆਉਂਦੇ। ਹਾਂਜੀ ਹਾਂਜੀ ਫੋਨ ਤੇ ਆਉਂਦੇ। ਚਾਵਲ ਜਿਹੜੇ ਹੈਗੇ ਨੇ ਇਹ ਰੰਗਾਂ ਤੇ ਦੇਖ ਕੇ ਦੇਖੋ ਜੀ ਭੁੱਖ ਲੱਗ ਜਾਂਦੀ ਹੈ ਜੀ, ਕੀ ਬਾਤ ਹੈ ਜੀ। ਮੈਂ ਨਾ ਜੀ ਲੋਕ ਫੋਨ ਕਰਦੇ ਵੀ ਆ ਗਏ ਕਿ ਨਹੀਂ ਆਏ ਹਜੇ। ਸਹੀ ਹੈ ਸਹੀ ਹੈ, ਕਿ ਜਲਦੀ ਜਲਦੀ ਆਈਏ, ਸਾਨੂੰ ਭੁੱਖ ਬਹੁਤ ਲੱਗੀ ਆ। ਕੀ ਬਾਤ ਹੈ, ਮਤਲਬ ਕਈ ਤਾਂ ਬੰਦੇ ਇਹੋ ਜਿਹੇ ਆਪਣੇ ਕੋਲੇ ਨਾ ਹੋਵੇ ਤੇ ਮੁੜ ਜਾਂਦੇ ਆ। ਠੀਕ ਹੈ ਜੀ, ਠੀਕ ਹੈ ਜੀ। ਤੇ ਦੋਸਤੋ ਦੇਖੋ ਜੀ ਵਿਦੇਸ਼ਾਂ ਦੇ ਟੂਰ ਵੀ ਲੈ ਜਾਂਦੇ ਆ ਤੇ ਸਾਡੇ ਲਈ ਇਹਨਾਂ ਨੇ ਜਿਹੜਾ ਚੁਣਿਆ ਹੈਗਾ ਕਿ ਪੰਜਾਬੀ ਠੇਠ ਖਾਣਾ ਹੀ ਖਵਾਉਣਾ ਹੈ ਔਰ ਪੰਜਾਬੀ ਪਹਿਰਾਵੇ ਨੂੰ ਉਤਸ਼ਾਹਿਤ ਕਰਨਾ, ਤੇ ਜਿਹਦੇ ਲਈ ਅਸੀਂ ਧੰਨਵਾਦ ਹਾਂ। ਔਰ ਰੌਣਕ ਦੇਖ ਸਕਦੇ ਤੁਸੀਂ, ਸਾਰੇ ਫੈਨ ਹੈ ਬਾਬਾ ਜੀ ਦੇ। ਤੇ ਬਾਬਾ ਜੀ ਨੌਜਵਾਨਾਂ ਲਈ ਕੀ ਸੁਨੇਹਾ ਹੈ ਜੀ? ਕੰਮ ਕਰਨ, ਨਹੀਂ ਤਾਂ ਭੁੱਖੇ ਮਰਨਗੇ, ਨਾ ਕੀਤਾ ਤਾਂ ਕਿ ਨਹੀਂ ਸਹੀ ਹੈ, ਤੋਂ ਬਚ ਕੇ ਕੰਮ ਕਰੇ ਬੰਦਾ। ਜੀ ਜੀ ਜੀ, ਅੱਜ ਕੇ ਰੋਟੀ ਖਾਊਗਾ ਕਿ ਨਹੀਂ? ਜੀ 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 ਜੀ, ਨਹੀਂ ਕੰਮ ਕਰੋ, ਇੱਥੇ ਸਾਰਾ ਕੁਝ ਹੈਗਾ, ਇੱਥੇ ਸਾਰਾ ਕੁਝ ਹੈਗਾ। ਹਾਂਜੀ ਠੀਕ ਹੈ। ਤੇ ਦੋਸਤੋ ਦੇਖੋ ਜੀ, ਜੇ ਕੰਮ ਕਰਦੇ ਆ ਆਪਾਂ, ਕੋਈ ਵੀ ਸਾਡਾ ਹੁਨਰ ਹੈਗਾ ਉਹਦੇ 'ਚ ਮਿਹਨਤ ਕਰਦੇ ਆ ਤੇ ਬਾਬਾ ਜੀ ਕਹਿੰਦੇ ਲਓ ਉੱਥੇ ਤੁਹਾਡੀ ਬੁਕਤ ਪੈਂਦੀ ਆ, ਤੁਹਾਨੂੰ ਜਿਹੜਾ ਰਿਵਾਰਡ ਮਿਲਦਾ ਹੀ ਮਿਲਦਾ ਹੈ ਜੀ। ਔਰ ਤੁਸੀਂ ਆਹ ਦੇਖ ਸਕਦੇ ਹੋ ਰੌਣਕ ਜਿਹੜੀ ਆ, ਇਹ ਦੇਖ ਸਕਦੇ ਵੀ ਕਿਵੇਂ, ਦੇਖੋ ਜੀ ਸਾਰੇ ਬੜੇ ਚਾਅ ਦੇ ਨਾਲ, ਕਿਉਂਕਿ ਸ਼ੁੱਧ ਖਾਣਾ ਇੱਥੇ ਬਾਬਾ ਜੀ ਖਵਾ ਰਹੇ ਨੇ ਸਾਰਿਆਂ ਨੂੰ ਸਨੇਹ ਪ੍ਰੇਮ ਦੇ ਨਾਲ। ਕੜੀ ਚੌਲ ਡਾਕਟਰ ਦੇ, ਬਾਬਾ ਜੀ ਦਾ ਸਨੇਹ ਪ੍ਰੇਮ ਲੈਣ ਲਈ ਸਾਰੇ ਇੱਥੇ ਆ ਰਹੇ ਨੇ, ਔਰ ਪਰਮਾਨੈਂਟ ਸਾਰੇ ਕਸਟਮਰ ਨੇ, ਜਿਹਨੂੰ ਮਰਜ਼ੀ ਗੱਲ ਕਰੀਏ ਸਾਰੇ ਕਹਿੰਦੇ ਕਿ ਅਸੀਂ ਰੋਜ਼ ਲਗਾਤਾਰ ਕਈ ਸਾਲਾਂ ਤੋਂ ਆ ਰਹੇ ਹਾਂ ਜੀ। ਤੇ ਦੋਸਤੋ ਇੱਧਰ ਆਪਣੇ ਨਾਲ ਨੌਜਵਾਨ ਵੀ ਜੁੜੇ ਆ ਤੇ ਆਪਾਂ ਗੱਲਬਾਤ ਕਰਦੇ ਹਾਂ ਜੀ। ਵੀਰੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤੇ ਤੁਸੀਂ ਇੱਧਰ ਬਾਬਾ ਜੀ ਕੋ ਆਉਂਦੇ ਰਹਿੰਦੇ ਜਾਂ ਪਹਿਲੇ ਦਿਨ ਆਏ ਆ ਜੀ? ਨਾ ਨਾ ਜੀ, ਇਸ ਤਾਂ ਹਫ਼ਤੇ 'ਚ 2-3 ਵਾਰੀ ਬਾਬਾ ਜੀ ਕੋ ਆਉਂਦੇ ਰਹਿੰਦੇ ਆ। ਹਫ਼ਤੇ 'ਚ 2-3 ਵਾਰੀ ਆਉਂਦੇ ਹੋ? ਜਦੋਂ ਬਾਬਾ ਜੀ ਕੋਲ ਇੱਥੇ ਆਈਦਾ ਲੁਧਿਆਣੇ, ਅਸੀਂ ਬਾਬਾ ਜੀ ਕੋਲ ਚੌਲ, ਕੜੀ ਚੌਲ, ਲੱਸੀ ਤਾਂ ਜ਼ਰੂਰ ਪੀ ਕੇ ਜਾਈਦੀ ਆ ਜੀ। ਠੀਕ ਹੈ ਜੀ, ਲੱਸੀ ਪੂਰੀ 1 ਨੰਬਰ ਆ ਬਾਬਾ ਜੀ, ਲੱਸੀ 1 ਨੰਬਰ ਹੈ ਪੂਰੀ, 1 ਨੰਬਰ ਪੂਰੀ। ਦੇਖ ਕੇ ਦੇਖੋ ਜੀ, ਠੇਠ ਪੰਜਾਬੀ ਪਹਿਰਾਵਾ ਨਹੀਂ ਰੱਖਿਆ, ਕੁੜਤਾ ਚਾਦਰਾ। ਅਸੀਂ ਇੱਕ ਵਾਰੀ ਆਏ ਬਾਬਾ ਜੀ ਕੋਲੇ, ਅਸੀਂ ਉਦਣ ਦੇ ਫੈਨ ਆ ਬਾਬਾ ਜੀ ਦੇ। ਠੀਕ ਹੈ ਜੀ, ਉਦੋਂ ਦਾ ਪਹਿਰਾਵਾ, ਉਦਣ ਵੀ ਕੁੜਤਾ ਚਾਦਰਾ ਲਾਇਆ ਸੀ। ਮੈਂ ਕਹਿੰਦਾ ਕਿਆ ਕਹਿਣ ਦੀਆਂ ਗੱਲਾਂ, ਅੱਧੇ ਲੋਕ ਤਾਂ ਬਾਬਾ ਜੀ ਨੇ ਕੁੜਤਾ ਚਾਦਰੇ ਕਰਕੇ ਪੱਟੇ ਹੋਏ ਜੀ। ਸਹੀ ਗੱਲ ਹੈ, ਸਹੀ ਪੰਜਾਬੀ ਪਹਿਰਾਵਾ ਜੀ ਬਾਬਾ ਜੀ ਦਾ, ਕਿਆ ਕਹਿਣ ਦੀਆਂ ਗੱਲਾਂ। ਠੀਕ ਹੈ ਜੀ, ਭੋਜਨ ਵੀ ਪੂਰਾ ਵਧੀਆ, 1 ਨੰਬਰ ਆ, ਪਿਓਰਟੀ ਵਾਲਾ ਪੂਰਾ ਜੀ। ਕਿਆ ਬਾਤ ਹੈ ਭਾਜੀ, ਥੈਂਕ ਯੂ। ਉਹਨਾਂ ਘਰੇ ਸਾਡੇ ਡੰਗਰ ਵੀ ਰੱਖੇ ਸੀ, ਲੱਸੀ ਦੇਣੀ ਸਵੇਰੇ, ਲੱਸੀ ਘਰੇ ਦਾ ਪੀਦੀ ਪੀਦੀ, ਸ਼ਹਿਰ ਆਇਆ ਬਾਬਾ ਜੀ ਕੋ ਵੀ ਪੀ ਕੇ ਜਾਈਦੀ ਆ। ਕਿਆ ਬਾਤ ਹੈ ਭਾਜੀ, ਗਰੀਸ ਨਹੀਂ ਲੱਸੀ ਆ ਗਈ। ਸਹੀ ਹੈ, ਸਹੀ ਹੈ ਜੀ ਭਾਜੀ, ਥੈਂਕ ਯੂ ਤੁਹਾਡਾ, ਤੁਸੀਂ ਟਾਈਮ ਦਿੱਤਾ ਜੀ। ਕਿਆ ਬਾਤ ਹੈ ਜੀ, ਓਕੇ ਜੀ, ਥੈਂਕ ਯੂ ਭਾਈ ਜੀ। ਇੱਕ ਵਾਰ ਤੁਸੀਂ ਆਪਣਾ ਜ਼ਰੂਰ ਆਓ ਅੰਕਲ ਕੋਲ, ਅੰਕਲ ਦਾ ਟੇਸਟ ਸਭ ਨਾਲ ਵੱਖਰਾ ਦੇਖਤਾ। 1 ਨੰਬਰ ਚੀਜ਼ ਆ, ਲੱਸੀ ਆ, ਚਾਟੀ ਦੀ ਲੱਸੀ ਆ, ਸਾਰਾ ਕੁਛ ਇੰਨਾ ਵਧੀਆ ਵਾ। ਇੱਕ ਵਾਰ ਤੁਸੀਂ ਜ਼ਰੂਰ ਆਓ, ਇੱਕ ਵਾਰ ਆ ਕੇ ਤੁਸੀਂ ਬਾਰ ਬਾਰ ਆਓਗੇ, ਬਾਰ ਬਾਰ ਤੁਸੀਂ ਜ਼ਰੂਰ ਆਓਗੇ। ਜਦੋਂ ਤੁਸੀਂ ਲੁਧਿਆਣੇ ਆਏ ਅੰਕਲ ਕੋਲ ਸਪੈਸ਼ਲ ਆਓਗੇ,
ਜੇ ਅੰਕਲ ਦਾ ਇੱਕ ਵਾਰ ਤੁਸੀਂ ਟੇਸਟ ਦੇਖ ਲਿਆ, ਘਰ ਅਰਗਾ ਜੀ, ਸਾਫ ਸੁਥਰਾ ਵਾ, ਲੋਕੇਸ਼ਨ ਬਹੁਤ ਵਧੀਆ ਵਾ। ਓਕੇ ਜੀ, ਥੈਂਕ ਯੂ ਜੀ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਆਪਣਾ ਸ਼ੁਭ ਨਾਮ ਜੀ? ਹਰਪ੍ਰੀਤ ਸਿੰਘ। ਤੇ ਹਰਪ੍ਰੀਤ ਭਾਜੀ, ਤੁਸੀਂ ਇੱਧਰ ਬਾਬਾ ਜੀ ਕੋਲ ਆਉਂਦੇ ਰਹਿੰਦੇ ਜਾਂ ਪਹਿਲੇ ਦਿਨ ਆਏ ਹੋ ਜੀ? ਨਹੀਂ ਨਹੀਂ, ਆਉਂਦੇ ਰਹਿੰਦਾ ਜੀ ਮੈਂ। ਤੁਸੀਂ ਆਉਂਦੇ ਰਹਿੰਦੇ ਹੋ? ਹਾਂਜੀ ਹਾਂਜੀ। ਠੀਕ ਹੈ ਜੀ, ਠੀਕ ਹੈ। ਤੇ ਕੀ ਫੇਵਰੇਟ ਖਾਣਾ ਕੀ ਹੈ ਜੀ? ਮੇਰਾ ਰਾਜਮਾ ਚੌਲ ਬਹੁਤ ਵਧੀਆ ਜੀ। ਰਾਜਮਾ ਚੌਲ ਸਾਰਿਆਂ ਨੇ ਨਾ ਟੇਸਟ ਕਰਕੇ ਦੇਖੇ ਆ। ਠੀਕ ਹੈ ਜੀ, ਸਭ ਤੋਂ ਵਧੀਆ ਵਾ। ਕੀ ਬਾਤ ਹੈ, ਮਤਲਬ ਇੱਥੇ ਸਾਰਿਆਂ ਕੋਲ ਟੇਸਟ ਕੀਤਾ? ਨਾਲੇ ਸਫਾਈ ਵੀ ਅੰਕਲ ਜੀ ਦੀ। ਜੀ 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 ਹਾਂਜੀ, ਪੂਰੀ ਸਫਾਈ ਇਹਨਾਂ ਨੇ, ਕਿਧਰੇ ਇੰਨੀ ਸਫਾਈ ਹੈ ਨਹੀਂ ਇਹਨਾਂ ਦੇ। ਬਹੁਤ ਸਹੀ 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 ਹੈ, ਸਫਾਈ ਦੇ ਨਾਲ ਕੰਮ ਕਰਦੇ। ਦੇਸੀ ਸਟਾਈਲ ਦਾ ਬਣਾਉਂਦੇ ਅੰਕਲ ਜੀ? ਦੇਖੋ ਜੀ, ਖਾਣਾ ਵੀ ਠੇਠ ਪੰਜਾਬੀ ਆ, ਪਹਿਰਾਵਾ ਤੇ ਸਾਰਾ ਸੈਟਅਪ ਵੀ ਠੇਠ ਪੰਜਾਬੀ ਰੱਖਿਆ, ਜਿਹਦੇ ਲਈ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ। ਬਾਬਾ ਜੀ, ਜਿਹੜਾ ਤੁਸੀਂ ਵਾਤਾਵਰਨ ਨੂੰ ਵੀ ਜਿਹੜਾ ਤੁਸੀਂ ਬੜਾਵਾ ਦੇ ਰਹੇ ਹੋ ਹਰਾ ਭਰਾ ਰੱਖਣ ਦੇ ਲਈ, ਤੇ ਉਹਦੇ ਲਈ ਵੀ ਦੱਸਿਓ ਕੀ ਕੀ ਕਰ ਰਹੇ ਹੋ ਜੀ ਘਰ? ਦਰਖਤ ਵੱਧ ਤੋਂ ਵੱਧ ਲਾਓ, ਅਸੀਂ ਵੀ ਬਹੁਤ ਲਾ ਰਹੇ ਹਾਂ। ਠੀਕ ਹੈ ਜੀ, ਆਪਣੇ ਮਹੱਲੇ ਦੇ ਵਿੱਚ ਬਹੁਤ ਲੱਗੇ ਹੋਏ ਆ ਦਰਖਤ। ਠੀਕ ਹੈ ਜੀ, ਇਹ ਦਰਖਤ ਵੱਧ ਤੋਂ ਵੱਧ ਲਾਓ, ਗਰਮੀ ਘਟੇ। ਜੀ ਜੀ, ਠੀਕ ਹੈ ਨਾ ਜੀ ਜੀ ਜੀ। ਲੋਕ ਵੱਧ ਤੋਂ ਵੱਧ ਘਰਾਂ ਦੇ ਮੂਹਰੇ ਵੀ ਆਪਦੇ ਦੋ ਦੋ ਤਿੰਨ ਤਿੰਨ ਦਰਖਤ ਲਾਵੇ ਅਗਲਾ। ਜੀ ਜੀ ਜੀ, ਛਾਂ ਵਧੇ ਹੈ ਨਾ, ਤੇ ਫੇਰ ਹੀ ਪਰਮਾਤਮਾ ਕਿਰਪਾ ਕਰੂਗਾ, ਗਰਮੀ ਵੀ ਘੱਟ ਹੋਊਗੀ ਹੈ ਨਾ, ਆਕਸੀਜਨ ਦੇਣਗੇ ਦਰਖਤ, ਛਾਂ ਦਾ ਕਿੰਨਾ ਫਾਇਦਾ ਹੁੰਦਾ। ਤੇ ਤਾਂ ਹੀ ਕਰਕੇ ਗਰਮੀ ਵਧੀ ਆ ਵੀ, ਦਰਖਤ ਲੋਕਾਂ ਨੇ ਖਤਮ ਕਰਤਾ ਕੰਮ। ਕੀ ਬਾਤ ਹੈ, ਦੇਖੋ ਜੀ, ਬਿਲਕੁਲ ਸਾਨੂੰ ਦਰਖਤ ਵੀ ਲਾਉਣੇ ਚਾਹੀਦੇ ਔਰ ਸ਼ੁੱਧ ਭੋਜਨ ਖਾਣਾ ਤੇ ਬਾਬਾ ਜੀ ਕੋ ਆਵੇ ਜੀ। ਤੇ ਦੋਸਤੋ, ਆ ਦੇਖੋ ਜੀ, ਸ਼ੱਕਰ ਵੀ ਬਾਬਾ ਜੀ ਨੇ ਰੱਖੀ ਆ ਮਿੱਠੇ ਦੇ ਤੌਰ ਤੇ ਖਾਣੇ ਤੋਂ ਬਾਅਦ, ਤੇ ਸਾਰਾ ਖਾਣਾ ਪੰਜਾਬੀ ਰੱਖਿਆ ਬਾਬਾ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਲਓ। ਤੇ ਬਾਬਾ ਜੀ, ਸਾਡੀ ਵੀ ਇੱਕ ਹਾਫ ਪਲੇਟ ਲਾ ਦਿਓ ਜੀ। ਲਓ ਜੀ। ਤੇ ਦੋਸਤੋ, ਆਪਣੀ ਪਲੇਟ ਲੱਗਣ ਲੱਗੀ ਹੈ ਜੀ, ਤੇ ਹਾਫ ਪਲੇਟ 40 ਰੁਪਏ ਦੀ ਬਾਬਾ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਤੇ ਔਰ ਇਹ ਦੇਖੋ ਜੀ, ਸਾਰਾ ਜਿਹੜਾ ਇਹਨਾਂ ਦਾ ਖਾਣਾ ਆ, ਘੰਟੇ ਡੂਢ ਘੰਟੇ ਦੀ ਗੱਲ ਹੁੰਦੀ ਹੈ ਜੀ, ਰਾਜਮਾ ਵੱਧ ਗਏ ਜੀ, ਤੇ ਕੜੀ ਰਹਿ ਗਈ ਹੈ ਜੀ ਹੁਣ ਗੱਲੀ ਜੀ, ਔਰ ਰੀਫਿਲ ਨਾਲ ਦੀ ਨਾਲ ਹੋਈ ਜਾਂਦੇ ਆ। ਤੇ ਆ ਗਈ ਹੈ ਜੀ ਕੜੀ, ਦੇਸੀ ਘਰ ਦੀ ਬਣੀ, ਚੁੱਲ੍ਹੇ ਤੇ ਬਣਾਉਂਦੇ ਨੇ ਬਾਬਾ ਜੀ, ਔਰ ਕਮਾਲ ਕੀਤੀ ਹੋਈ ਆ। ਇੱਧਰ ਆ ਗਿਆ ਜੀ ਪਿਆਜ਼ ਆ ਗਿਆ ਜੀ, ਤੇ ਆ ਚਟਨੀ ਬਾਬਾ ਜੀ ਕਾਹਦੀ ਕਾਹਦੀ ਆ ਜੀ? ਚਟਨੀ ਬਹੁਤ ਕੁਛ ਪੈਂਦਾ, 7-8 ਚੀਜ਼ਾਂ ਪਾਉਂਦੇ, 7-8 ਚੀਜ਼ਾਂ ਪੈਂਦੀਆਂ ਜੀ ਚਟਨੀ ਦੇ ਵਿੱਚ। ਠੀਕ ਹੈ ਜੀ, ਤੇ ਲਿਆਓ ਜੀ। ਤੇ ਦੋਸਤੋ, ਆਪਣੀ ਆ ਦੇਖੋ ਜੀ, ਥਾਲੀ ਆ ਗਈ ਹੈ ਜੀ, ਕੜੀ, ਚਾਵਲ, ਪਿਆਜ਼, ਚਟਨੀ ਆ ਗਈ ਹੈ, 7-8 ਤਰ੍ਹਾਂ ਦੇ ਚੀਜ਼ਾਂ ਮਿਲਾ ਕੇ ਬਣਦੀ ਜਿਹੜੀ ਕਿ, ਔਰ ਰਾਜਮਾ ਵੱਧ ਗਏ ਆ, ਤੁਸੀਂ ਸਾਹਮਣੇ ਵੀ ਦੇਖਿਆ ਕਿ ਥੋੜੇ ਟਾਈਮ ਦੇ ਵਿੱਚ ਵੱਧ ਗਏ ਆ। ਤੇ ਬਾਬਾ ਜੀ, ਤੁਹਾਡਾ ਧੰਨਵਾਦ ਜੀ, ਤੁਸੀਂ ਬਹੁਤ ਹੀ ਵਧੀਆ ਸ਼ੁੱਧ ਖਾਣਾ ਵੀ ਖਵਾ ਰਹੇ ਹੋ ਔਰ ਸਾਨੂੰ ਪੰਜਾਬ ਦੇ ਨਾਲ, ਪੰਜਾਬੀਅਤ ਨਾਲ ਜੁੜਨ ਦਾ ਸੁਨੇਹਾ ਵੀ ਦੇ ਰਹੇ ਹੋ ਜੀ। ਤੇ ਆਪਣਾ ਐਡਰੈਸ ਦੱਸਿਓ ਬਾਬਾ ਜੀ, ਇੱਥੇ ਕੀ ਹੈਗਾ ਜੀ? ਇਹ ਲੋਧੀ ਕਲੱਬ ਰੋਡ ਹੈ ਜੀ। ਲੋਧੀ ਕਲੱਬ ਰੋਡ, ਹਾਂਜੀ, BRS ਨਗਰ ਮੋੜ ਹੈ ਦੋਸਤੋ, ਲੋਧੀ ਕਲੱਬ ਰੋਡ ਹੈ, ਔਰ ਜੈਨ ਗੱਡੀ ਦੇ ਇੱਥੇ ਹੁੰਦੀ ਹੈ, ਉਹਦੇ ਨਾਲ ਸਟਾਲ ਲਾਇਆ ਹੋਇਆ ਇਹਨਾਂ ਨੇ, ਬਿਲਕੁਲ ਪੰਜਾਬੀ ਦੇਸੀ ਟੱਚ ਹੈ, ਪਿੱਛੇ ਮੰਜਾ ਆ, ਮੰਜੇ ਤੇ ਬੈਠ ਕੇ ਖਾ ਸਕਦੇ ਹੋ, ਔਰ ਜਦੋਂ ਵੀ ਇੱਧਰ ਆਉਂਦੇ ਹੋ ਤੁਸੀਂ ਹੋ ਕੇ ਜਾਓ, ਔਰ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਦੂਰ ਨੇੜੇ ਦੇ ਹੈਗੇ ਆ ਉਹ ਵੀ ਇੱਥੋਂ ਸ਼ੁੱਧ ਪੰਜਾਬੀ ਖਾਣਾ ਖਾ ਸਕਣ, ਔਰ ਆਪਣਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜੇ ਹਾਲੇ ਤੱਕ ਨਹੀਂ ਕੀਤਾ, ਔਰ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਬੈਲ ਵਾਲਾ ਸਵਿੱਚ ਦੱਬ ਦਿਓ ਤਾਂ ਕਿ ਵੀਡੀਓ ਦੇ ਸੁਨੇਹੇ ਮਿਲਦੇ ਰਹਿਣ। ਥੈਂਕ ਯੂ, ਧੰਨਵਾਦ ਜੀ।